ਸ਼੍ਰੀਕਾਲ ਸਾਰਿਆਂ ਨੂੰ ਜੀ, ਮੈਂ ਦੀਪ ਕੈਰ ਪ੍ਰੈਕਟਰ ਤੋਂ ਹਾਂ ਜੀ, ਅਤੇ ਅੱਜ ਮੈਂ ਪਲੈਂਕ ਐਕਸਰਸਾਈਜ਼ ਬਾਰੇ ਦੱਸ ਰਿਹਾ ਜੀ। ਬਹੁਤ ਜਣਿਆਂ ਨੂੰ ਇਸ ਐਕਸਰਸਾਈਜ਼ ਬਾਰੇ ਨਹੀਂ ਪਤਾ, ਮੈਨੂੰ ਅਕਸਰ ਆ ਕੇ ਪੁੱਛਦੇ ਵੀ ਨੇ। ਇਹ ਐਕਸਰਸਾਈਜ਼ ਬੜੀ ਇੰਪੋਰਟੈਂਟ ਹੈ ਜੀ, ਜ਼ਰੂਰੀ ਹੈ ਕੋਰਸ ਨੂੰ ਸਟਰੋਂਗ ਕਰਨ ਲਈ। ਜਦੋਂ ਆਪਣੇ ਕੋਰ ਸਟਰੋਂਗ ਹੈ ਅਤੇ ਉਹ ਆਪਣੇ ਸਪਾਈਨ 'ਤੇ ਪ੍ਰੈਸ਼ਰ ਨੂੰ ਕਾਫੀ ਰਿਡਿਊਸ ਕਰ ਲੈਂਦੀ ਹੈ। ਇਸ ਲਈ ਇਹ ਐਕਸਰਸਾਈਜ਼ ਤਕਰੀਬਨ ਸਾਰਿਆਂ ਨੂੰ ਲਾਉਣੀ ਚਾਹੀਦੀ ਹੈ, ਡੇਲੀ ਇਹਨੂੰ ਲਾਓ। ਤਕਰੀਬਨ ਇਸ ਐਕਸਰਸਾਈਜ਼ ਨੂੰ ਤੁਸੀਂ 10 ਸੈਕਿੰਡ ਤੋਂ 30 ਸੈਕਿੰਡ ਤੱਕ ਹੋਲਡ ਕਰਕੇ ਰੱਖਣਾ, ਠੀਕ ਹੈ ਜੀ। ਇਹਦੇ 3 ਸੈੱਟ ਲਗਾ ਸਕਦੇ ਹੋ। ਜਿੱਦਾਂ ਜਿੱਦਾਂ ਤੁਹਾਡਾ ਸਟੈਮਿਨਾ ਬਿਲਟ ਅਪ ਹੁੰਦਾ, ਤੁਸੀਂ 30 ਸੈਕਿੰਡ ਤੋਂ ਜ਼ਿਆਦਾ 1 ਮਿੰਟ, 1.5 ਮਿੰਟ, 2 ਮਿੰਟ ਤੱਕ ਵੀ ਲਗਾ ਸਕਦੇ ਹੋ। ਬਹੁਤ ਬੈਸਟ ਐਕਸਰਸਾਈਜ਼ ਹੈ ਜੀ ਕੋਰ ਨੂੰ ਸਟਰੋਂਗ ਕਰਨ ਲਈ। ਚਲੋ ਮੈਂ ਹੁਣ ਤੁਹਾਨੂੰ ਸਮਝਾਉਂਦਾ ਕਿ ਕਿਵੇਂ ਇਹ ਐਕਸਰਸਾਈਜ਼ ਲਾਈਦੀ ਹੈ। ਤੁਸੀਂ ਇੱਦਾਂ ਸਿੱਧੇ ਯੋਗਾ ਮੈਟ ਦੇ ਉੱਤੇ ਲੇਟ ਜਾਣਾ, ਠੀਕ ਹੈ ਜੀ। ਆਪਣੀ ਕੂਹਣੀਆਂ ਦੇ ਉੱਤੇ ਪ੍ਰੈਸ਼ਰ ਦੇਣਾ, ਠੀਕ ਹੈ, ਅਤੇ ਉਹ ਪੈਰਾਂ ਤੋਂ ਆਪਣੇ ਪੱਬਿਆਂ ਦੇ ਉੱਤੇ ਪ੍ਰੈਸ਼ਰ ਦੇ ਕੇ ਤੁਸੀਂ ਆਪਣੀ ਬੋਡੀ ਨੂੰ ਹੋਲਡ ਕਰ ਲੈਣਾ ਕੁਛ ਇਸ ਤਰੀਕੇ ਦੇ ਨਾਲ। ਬੋਡੀ ਨੀਚੇ ਜ਼ਮੀਨ ਨਾਲ ਟੱਚ ਨਹੀਂ ਹੋਣੀ ਚਾਹੀਦੀ। ਇਸ ਤਰੀਕੇ ਦੇ ਨਾਲ ਤੁਸੀਂ 10 ਤੋਂ 30 ਸੈਕਿੰਡ ਲਈ ਹੋਲਡ ਕਰਨਾ, ਜਿੰਨਾ ਕੁ ਤੁਹਾਡਾ ਸਟੈਮਿਨਾ। ਇਹ ਟਾਈਮ ਪੀਰੀਅਡ ਵੱਧ ਵੀ ਸਕਦਾ ਜਿੱਦਾਂ ਜਿੱਦਾਂ ਤੁਹਾਡਾ ਸਟੈਮਿਨਾ ਵਧੇਗਾ, ਠੀਕ ਹੈ ਜੀ। ਦੇਖ ਸਕਦੇ ਹੋ ਮੈਂ ਇੱਥੋਂ ਆਪਣੇ ਕੂਹਣੀਆਂ 'ਤੇ ਪ੍ਰੈਸ਼ਰ ਪਾਇਆ ਹੋਇਆ ਅਤੇ ਨੀਚੋਂ ਆਪਣੇ ਪੱਬਿਆਂ 'ਤੇ ਪ੍ਰੈਸ਼ਰ ਪਾਇਆ। ਮੇਰਾ ਬੋਡੀ ਪਾਰਟ ਕੋਈ ਵੀ ਨੀਚੇ ਟੱਚ ਨਹੀਂ ਕਰ ਰਿਹਾ। ਤੁਸੀਂ ਇਸ ਤਰੀਕੇ ਦੇ ਨਾਲ ਉਹਨੂੰ ਹੋਲਡ ਕਰਕੇ ਰੱਖਣਾ, ਠੀਕ ਹੈ ਜੀ। ਮੈਂ ਉਮੀਦ ਕਰਦਾ ਜੀ ਤੁਹਾਨੂੰ ਮੇਰੀ ਇਹ ਵੀਡੀਓ ਸਮਝ ਆ ਗਈ ਹੋਏਗੀ। ਥੈਂਕ ਯੂ ਸੋ ਮਚ ਫੋਰ ਵਾਚਿੰਗ।